ਅਸੀਂ ਦੋਵੇਂ ਪੰਜਾਬ ਦੇ ਪੁੱਤਰ ਹਾਂ, ਪੰਜਾਬੀ ਸਾਡੀ ਬੋਲੀ ਏ। ਪਾਤਸ਼ਾਹੀ ਮਸਜਿਦ, ਗੁਰਦੁਆਰਾ ਨਨਕਾਣਾ ਸਾਹਿਬ, ਵਾਹਗਾ ਬਾਰਡਰ ਔਰ ਭਾਰਤ ਕੇ ਖੂਬਸੂਰਤ ਮੁਕਾਮਾਤ, ਯੇ ਮਨਾਜ਼ਰ ਅਕਸਬੰਦ ਕੀਏ ਹੈ ਭਾਰਤੀ ਭੰਗੜਾ ਗੁਲੂਕਾਰ ਪੰਮੀ ਭਾਈ ਔਰ ਗੁਲੂਕਾਰ ਅਕਰਮ ਰਾਹੀ ਨੇ ਆਪਣੇ ਨਏ ਪੰਜਾਬੀ ਗੀਤ ਮੇ। ਗੀਤ ਕੀ ਲਾਂਚਿੰਗ ਤਕਰੀਬ ਮੇ ਸ਼ੋਬਿਜ਼ ਔਰ ਫੈਸ਼ਨ ਇੰਡਸਟਰੀ ਕੇ ਸਿਤਾਰੋਂ ਨੇ ਸ਼ਿਰਕਤ ਕੀ। ਫਨਕਾਰੋਂ ਕਾ ਕਹਿਣਾ ਥਾ ਕਿ ਗੀਤ ਕੀ ਵੀਡੀਓ ਮੇ ਦੋਨੋਂ ਤਰਫ ਕੇ ਪੰਜਾਬ ਕੇ ਖੂਬਸੂਰਤ ਰੰਗ ਦਿਖਾਏ ਗਏ ਹੈ। ਅਕਰਮ ਰਾਈ ਸਾਹਿਬ ਨੇ ਜਿਤਨਾ ਖੂਬਸੂਰਤ ਗਾਣਾ ਬਣਾਇਆ ਹੈ ਪੰਮੀ ਸਾਹਿਬ ਕੇ ਸਾਥ, ਡਿਊਟ ਉਹਨਾਂ ਨੇ ਕੀਆ ਹੈ, ਤੋ ਯੇ ਬਹੁਤ ਜ਼ਬਰਦਸਤ ਹੈ। ਮੇਲ ਕੇ ਸਾਥ ਫੀਮੇਲ ਕਾ ਤੋ ਡਿਊਟ ਹੋਤਾ ਹੈ, ਲੇਕਿਨ ਮੇਲ ਕੇ ਸਾਥ ਮੇਲ ਕਾ ਡਿਊਟ ਤੋ ਬੜੀ ਇੱਕ ਯੂਨੀਕ ਸੀ ਬਾਤ ਹੈ। ਇਸ ਮੌਕਾ ਪਰ ਗੁਲੂਕਾਰ ਅਕਰਮ ਰਾਹੀ ਨੇ ਕਿਹਾ ਕਿ ਉਹਨਾਂ ਨੇ ਇਸ ਗੀਤ ਸੇ ਨੌਜਵਾਨ ਨਸਲ ਕੋ ਆਪਣੀ ਸਕਾਫਤ ਸੇ ਜੋੜਨੇ ਕੀ ਕੋਸ਼ਿਸ਼ ਕੀ ਹੈ। ਕੋਈ ਯੇ ਨਹੀਂ ਕਿਹਾ ਹਮਾਰਾ ਗਾਣਾ ਚਲੇ, ਹਮਨੇ ਕਿਹਾ ਕਿ ਹਮਾਰਾ ਕਲਚਰ ਬਚੇ, ਜੋ ਹਮਾਰੇ ਬੱਚੇ ਹਮਾਰੇ ਇਸ ਕਲਚਰ ਸੇ ਦੂਰ ਜਾ ਰਹੇ ਹੈ, ਪੰਜਾਬੀਅਤ ਸੇ ਦੂਰ ਜਾ ਰਹੇ ਹੈ, ਉਨਕੋ ਕਰੀਬ ਲਾਨੇ ਕਾ ਹਮੇ ਇੱਕ ਮੌਕਾ ਮਿਲਾ। ਤਕਰੀਬ ਮੇ ਨਏ ਗੁਲੂਕਾਰੋਂ ਨੇ ਵੀ ਆਪਣੀ ਆਵਾਜ਼ ਕਾ ਜਾਦੂ ਜਗਾਇਆ, ਜਿਸ ਪਰ ਸ਼ੁਰਕਾ ਵੀ ਝੂਮ ਉਠੇ। ਕੈਮਰਾਮੈਨ ਜ਼ਿਸ਼ਾਨ ਯੂਸਫ ਕੇ ਸਾਥ ਮੁਹੰਮਦ ਕੁਰਬਾਨ, ਸਮਾਂ, ਲਾਹੌਰ।